ਸੋ ਦੇਖਦੇ ਰਹੋ ਦਸਤਕ ਐਨਐਕਸਟੀ ਟੀਵੀ। ਧੰਨਵਾਦ। ਡੀਸੀ ਦੇ ਦਫ਼ਤਰ ਵਿੱਚ ਅੱਜ ਰਾਸ਼ਟਰੀ ਸਿੱਖ ਸੰਗਤ ਵੱਲੋਂ ਮੰਗ ਪੱਤਰ ਪੇਸ਼ ਕੀਤਾ ਗਿਆ। ਇਸ ਮੌਕੇ 'ਤੇ ਜਨਰਲ ਸੈਕਟਰੀ ਡਾਕਟਰ ਸੰਦੀਪ ਪ੍ਰਧਾਨ, ਮਨਮੋਹਨ ਸਿੰਘ, ਜਤਿੰਦਰਪਾਲ ਸਿੰਘ ਗੋਲੂ, ਚਰਨਜੀਤ ਸਿੰਘ, ਕੈਮਰਾਮੈਨ ਸੰਦੀਪ ਅਰੋੜਾ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਡਾਕਟਰ ਸੰਦੀਪ ਸਿੰਘ, ਰਾਸ਼ਟਰੀ ਸਿੱਖ ਸੰਗਤ ਜ਼ਿਲ੍ਹਾ ਇਕਾਈ ਦਾ ਜਨਰਲ ਸੈਕਟਰੀ ਜੀ। ਅਸੀਂ ਅੱਜ ਇੱਥੇ ਡੀਸੀ ਆਫਿਸ ਆਏ ਸੀਗੇ ਇੱਕ ਮੰਗ ਪੱਤਰ ਦੇਣ ਉਹਨਾਂ ਨੂੰ, ਜੋ ਕਿ ਸਾਡੇ ਪੰਜਾਬ ਪ੍ਰਧਾਨ ਰਮਿੰਦਰ ਸਿੰਘ ਮਲਿਕ ਜੀ ਵੱਲੋਂ ਆਦੇਸ਼ਾਂ ਦੇ ਮੁਤਾਬਕ ਸਾਰੇ ਜ਼ਿਲ੍ਹਿਆਂ ਵਿੱਚ ਮੈਮੋਰੈਂਡਮ ਦੇਣੇ ਸਨ। ਉਸੇ ਲਈ ਅਸੀਂ ਅੱਜ ਇੱਥੇ ਪਹੁੰਚੇ। ਦਿੱਲੀ ਵਿੱਚ ਜਿਹੜੇ ਮਾਈਨਰ ਬੱਚਾ ਅਤੇ ਉਹਦੇ ਪਿਤਾ ਨਾਲ ਹੋਈ ਕੁੱਟਮਾਰ ਦੇ ਸਿਲਸਿਲੇ ਵਿੱਚ ਦਿੱਲੀ ਪੁਲਿਸ ਦੇ ਖਿਲਾਫ਼ ਇਹ ਮੈਮੋਰੈਂਡਮ ਹੈ ਜੀ। ਉਹਨਾਂ ਨਾਲ ਬੇਹੱਦ ਗਲਤ ਤਰੀਕੇ ਨਾਲ ਵਿਵਹਾਰ ਕੀਤਾ ਗਿਆ ਅਤੇ ਬਹੁਤ ਹੀ ਬੁਰੇ ਤਰ੍ਹਾਂ ਉਹਨਾਂ ਨੂੰ ਸੜਕ ਦੇ ਵਿੱਚ ਘੜੀਸਿਆ ਗਿਆ ਅਤੇ ਕੁੱਟਿਆ ਗਿਆ, ਜਿਹਦੇ ਵਿੱਚ ਦਿੱਲੀ ਪੁਲਿਸ ਨੇ ਦਬਾਅ ਹੇਠ ਸਿਰਫ 4 ਮੁਲਾਜ਼ਮਾਂ ਨੂੰ ਸਸਪੈਂਡ ਕੀਤਾ। ਰਾਸ਼ਟਰੀ ਸਿੱਖ ਸੰਗਤ ਚਾਹੁੰਦਾ ਹੈ ਕਿ ਇਹਨਾਂ 4 ਨੂੰ ਮੁਲਤਵੀ ਕੀਤਾ ਜਾਵੇ ਅਤੇ ਉਹਦੇ ਨਾਲ ਹੋਰ ਜਿਹੜੇ 10-15 ਪੁਲਿਸ ਵਾਲੇ ਸੀ ਉਹਨਾਂ ਨੂੰ ਵੀ ਨਾਲ ਦੇ ਨਾਲ ਮੁਲਤਵ ਕੀਤਾ ਜਾਵੇ। ਅਸੀਂ DC ਸਾਹਿਬ ਨੂੰ ਆਪਣਾ ਮੰਗ ਪੱਤਰ ਵਿੱਚ ਇਹੋ ਕਿਹਾ ਵੀ 15 ਦਿਨਾਂ ਦੇ ਵਿੱਚ ਇਸ ਦੀ ਕਾਰਵਾਈ ਕੀਤੀ ਜਾਵੇ। ਅਗਰ ਇਸ ਤਰ੍ਹਾਂ ਦੀ ਕਾਰਵਾਈ ਨਹੀਂ ਹੁੰਦੀ, ਇਹਦੇ ਬਾਰੇ ਰਾਸ਼ਟਰੀ ਸਿੱਖ ਸੰਗਤ ਆਪਣੀ ਪੰਜਾਬ ਇਕਾਈ ਨਾਲ ਵਿਚਾਰ ਕਰਕੇ ਅੱਗੇ ਹੋਰ ਜੋ ਸਟੈਪ ਹੋਣਗੇ ਉਹ ਲਏ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।